ਗਿੱਪੀ ਨੈਵਰ ਡਿਸਅਪੋਇੰਟਸ ਅਸ, ਮਜ਼ਾ ਆ ਗਿਆ ਟੀਜ਼ਰ ਦੇਖ ਕੇ, ਵਾਚਿੰਗ ਇਟ ਔਨ ਰਿਪੀਟ। ਇਹੋ ਜਿਹੇ ਕਮੈਂਟਸ ਆ ਰਹੇ ਨੇ ਔਨ ਦ ਰੀਸੈਂਟਲੀ ਰਿਲੀਜ਼ ਟੀਜ਼ਰ ਆਫ ਦ ਮੂਵੀ ਜੱਟ ਨੂੰ ਚੁੜੇਲ ਟੱਕਰੀ ਦੇ ਬਾਰੇ, ਵਿਚ ਮੀਨਸ ਇਟਸ ਟਾਈਮ ਫਾਰ ਅ ਕੁਇਕ ਟੀਜ਼ਰ ਰਿਵਿਊ। ਹਾਈ, ਦਿਸ ਇਜ਼ ਮੀ ਔਸਿਮ ਐਂਡ ਮੈਂ ਰਿਵਿਊ ਕਰਨ ਜਾ ਰਹੀ ਹਾਂ ਰੀਸੈਂਟਲੀ ਰਿਲੀਜ਼ ਹੋਏ ਟੀਜ਼ਰ ਆਫ ਦ ਮੂਵੀ ਜੱਟ ਨੂੰ ਚੁੜੇਲ ਟੱਕਰੀ ਦੇ ਬਾਰੇ। ਫਿਲਮ ਨੂੰ ਲਿਖਿਆ ਗਿਆ ਅੰਬਰਦੀਪ ਸਿੰਘ ਦੁਆਰਾ ਤੇ ਮੇਨ ਲੀਡ ਵਿਚ ਤੁਸੀਂ ਦੇਖਣ ਵਾਲੇ ਹੋ ਸਰਵਨ ਮਹਿਤਾ, ਗਿੱਪੀ ਗਰੇਵਾਲ ਐਂਡ ਰੂਪੀ ਗਿੱਲ ਨੂੰ। ਬਟ ਇਨ ਦ ਵੈਰੀ ਸਟਾਰਟਿੰਗ ਆਈ ਵਾਂਟ ਟੂ ਮੈਂਸ਼ਨ, ਐਮ ਆਈ ਗੋਇੰਗ ਟੂ ਵਾਚ ਦ ਮੂਵੀ? ਅ ਬਿਗ ਯੈਸ, ਕਿਉਂਕਿ ਸਟਾਰਟਿੰਗ ਦੇ ਵਿੱਚ ਗਿੱਪੀ ਗਰੇਵਾਲ ਦਾ ਜੋ ਡਾਇਲੋਗ ਹੈ ਨਾ ਯਾਰ, ਉਹਨੇ ਕੀਲ ਕੇ ਰੱਖ ਦਿੱਤਾ। ਦੇਖੋ, ਲਾਈਫ ਇਜ਼ ਟੂ ਸ਼ਾਰਟ ਟੂ ਆਰਗਿਊ ਵਿਦ ਯੋਰ ਐਕਸ, ਜਸਟ ਸੇ ਜਾਨੂ ਤੂੰ ਸਲੇਟ ਹੈ ਐਂਡ ਮੂਵ ਔਨ। ਸਰਗੁਣ ਮਹਿਤਾ ਇਸ ਫਿਲਮ ਦੇ ਵਿੱਚ ਇੱਕ ਚੁੜੇਲ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਣਗੇ। ਫਿਲਮ ਦਾ ਇੱਕ ਵੱਖਰਾ ਕਨਸੈਪਟ, ਜਿੱਥੇ ਕਿ ਟੱਕਰ ਹੋਣ ਵਾਲੀ ਹੈ ਇੱਕ ਮਰੀ ਹੋਈ ਚੁੜੇਲ ਤੇ ਇੱਕ ਜ਼ਿੰਦਾ ਚੁੜੇਲ, ਮੇਰਾ ਮਤਲਬ ਹੈ ਕਿ ਇੱਕ ਵਿਆਹੀ ਹੋਈ ਔਰਤ ਦੇ ਵਿਚਕਾਰ, ਜੋ ਕਿ ਇੰਨੀ ਕੁ ਬਹਾਦੁਰ ਹੈ ਕਿ ਉਹ ਆਪਣੇ ਪਤੀ ਨੂੰ ਹਰ ਮੁਸੀਬਤ ਦੇ ਕੋਲੋਂ ਬਚਾ ਕੇ ਲਿਆਉਣ ਦੀ ਹਿੰਮਤ ਰੱਖਦੀ ਹੈ। ਸ਼ਾਇਦ ਤੂੰ ਭੁੱਲ ਗਈ ਹੈ ਕਿ ਜੇ ਆਪਣੀ ਆਈ ਤੇ ਆ ਜਾਵੇ ਤਾਂ ਦੁਨੀਆ ਦੀ ਹਰ ਔਰਤ ਚੁੜੇਲ ਹੈ, ਜੱਟ ਨੂੰ ਚੜ੍ਹ ਬਹਾਦਰ ਹੈ। ਪਰ ਚੁੜੇਲ ਦੇ ਕੋਲ ਜੋ ਸ਼ਕਤੀਆਂ ਨੇ ਉਹ ਵੀ ਘੱਟ ਨਹੀਂ ਹੈਗੀਆਂ। ਸੋ ਹੁਣ ਇਹ ਦੇਖਣਾ ਕਾਫੀ ਜ਼ਿਆਦਾ ਇੰਟਰਸਟਿੰਗ ਰਹਿਣ ਵਾਲਾ ਹੈ ਕਿ ਕੀ ਰੂਪੀ ਗਿੱਲ ਆਪਣੇ ਪਤੀ ਨੂੰ ਆਪਣੇ ਪਿਆਰ ਨੂੰ ਉਸ ਚੁੜੇਲ ਦੇ ਕੋਲੋਂ ਵਾਪਸ ਲਿਆ ਪਾਉਂਦੇ ਨੇ ਜਾਂ ਨਹੀਂ। ਫਿਲਮ ਦਾ ਮਿਊਜ਼ਿਕ ਮੈਨੂੰ ਕਾਫੀ ਜ਼ਿਆਦਾ ਪਸੰਦ ਆਇਆ, ਖਾਸ ਤੌਰ ਤੇ ਜੋ ਟਾਈਟਲ ਟਰੈਕ ਟੀਜ਼ਰ ਦੇ ਵਿੱਚ ਐਡ ਕੀਤਾ ਗਿਆ। ਆਈ ਮੀਨ, ਵੀ ਆਰ ਪੰਜਾਬੀਸ, ਬਾਕੀ ਲੋਕ ਡਰਦੇ ਹੋਣਗੇ ਭੂਤਾਂ ਚੁੜੇਲਾਂ ਤੋਂ, ਬਟ ਵੀ ਸੇ ਪੂਰੇ ਟ੍ਰੇਲਰ ਦਾ ਨਿਚੋੜ ਜੇਕਰ ਮੈਂ ਤੁਹਾਨੂੰ ਦੱਸਾਂ ਤਾਂ ਤੁਸੀਂ ਦੇਖੋਗੇ ਥੋੜਾ ਜਿਹਾ ਇਮੋਸ਼ਨਲ ਡਰਾਮਾ, ਥੋੜਾ ਜਿਹਾ ਰੋਮਾਂਸ ਤੇ ਭਰਪੂਰ ਕਾਮੇਡੀ, ਵਿਚ ਮੀਨਸ ਐਂਟਰਟੇਨਮੈਂਟ ਐਂਟਰਟੇਨਮੈਂਟ ਐਂਡ ਐਂਟਰਟੇਨਮੈਂਟ। ਫਿਲਮ ਦੇ ਲਈ ਫਿਲਹਾਲ ਤੁਹਾਨੂੰ ਥੋੜਾ ਜਿਹਾ ਇੰਤਜ਼ਾਰ ਕਰਨਾ ਪਏਗਾ, ਕਿਉਂਕਿ ਫਿਲਮ 15 ਮਾਰਚ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਬਟ ਅ ਬਿਗ ਯੈਸ ਫਰੋਮ ਮਾਈ ਸਾਈਡ, ਜੇਕਰ ਤੁਸੀਂ ਥੀਏਟਰ ਦੇ ਵਿੱਚ ਜਾਣੇ ਹੋ ਤਾਂ ਤੁਸੀਂ ਬਿਲਕੁਲ ਵੀ ਬੋਰ ਨਹੀਂ ਹੋਵੋਗੇ, ਗਾਰੰਟੀ ਮੇਰੀ ਹੈ।